लुधियाना में सुबह से हो रही बरसात से कोट मंगल सिंह एरिया में अचानक नगर निगम का शेड गिरने से दो सफाई सेवक हुए घायल, जिनको जहरे इलाज मुहैया करवाया गया। मुलाजिमों का कहना था कि बरसात होने के कारण वे शेड के नीचे आकर रुक गए, लेकिन अचानक शेड उनके ऊपर आ गिरा। किस्मत अच्छी थी कि कोई बड़ा हादसा नहीं हुआ। एक मुलाजिम के सिर पर और दूसरे के कंधे पर चोट आई। वहीं पहुंचे एरिया के साबका काउंसलर और एरिया निवासियों द्वारा मुलाजिमों की मदद की गई। उन द्वारा कहा गया कि ये शेड काफ़ी पुराना था और मौके पर कोई भी सीनियर अफसर नहीं पहुंचा। और क्या कहना था, घायल मुलाजिमों का साबका काउंसलर का जनसभा एक्सप्रेस टीवी के लिए लुधियाना से जसविंदर सिंह के साथ शरणदीप सिंह की रिपोर्ट। ਮੁਲਾਜ਼ਮ ਜੀ ਇੱਥੇ ਬਹੁਤ ਪੁਰਾਣੇ ਸੈੱਟ ਪਏ ਹੋਏ ਆ ਜੀ। ਕੀ ਸੈੱਟ ਲੱਗੇ, ਕਿਸ ਤਰ੍ਹਾਂ ਲੱਗੇ? इसके नीचे सेट लगी जी, सेट बहुत भारी भारी हो रहा है जी, चक्कर आ रहा है जी। पट्टी पुट्टी कहीं कराई थी? पट्टी अपनी जेब से करा के आई जी। अपनी जेब से कराई? चीमा साहब, अज एक जो कारपोरेशन कहते हैं शेड बनाया गया और डिग पिया, तो बच्चा की जान बच गई, जो थले खड़े थे, की कहना चाह रहे हो तुम इन्होंने बारे? कोई बहुत मंदी मतलब काम होया, किराए का काम होया, एकदम थले प्लेंबर साढ़े सारे सब सफाई सेवक बैठे थे, सीरज वाले बैठे थे, गुरु ने कृपा की, जिन्होंने जान पाती है, सारे हाई कमांड के जिन्हें सारे अफसर ने, एससी ने, कमिश्नर ने, उन्होंने सारे कॉल करती है। ये बहुत बचाव हो गया, कोई जानी नुकसान नहीं होया, पर इतनी मैंने लगता नहीं कि कोई मुलाजम आया हो। सवेर का कोई है बंदा इसे एस टी हो जाए एक्शन नहीं हूँ भी, जो टुट गया बचाव हो गया, ये कोई हल अभी करके छड़ जरा पवा के देने कि भावे अपनी जेब तो करके लिए। पिछले 10 साल तो तुम काउंसलर रहे हो, तुम पहले भी करवा सकते थे हादसा होने तो ਲੱਖ ਲੱਗੇ ਬੱਚੇ ਨਾਲ ਬੈਠਣ ਵਾਸਤੇ ਕੋਈ ਜਗ੍ਹਾ ਬਣਾਉਣੀ ਹੈ? ਜਿਹੜੇ ਮੁਲਾਜ਼ਮ ਨੇ ਸਾਡੇ ਇੱਥੇ, ਸਾਡੀ ਮਸ਼ੀਨਰੀ ਇੱਥੇ ਆ, ਸਾਡੇ ਹੈਲਥ ਦੇ ਟੈਂਪੂ ਇੱਥੇ ਨੇ, ਟਰੈਕਟਰ ਨੇ, ਖੜੇ ਕਰਨ ਵਾਸਤੇ छे साल तो ठेका चलता पाया, तो तारा तूरा तो उदा ही लंघिया पी फिर सारे पास पीना जरा मीह पानी आ थले पाइपा आ रहा, तो थोन पहले भी शिकायत आई होगी, तुम देखा कि नहीं देखा? मैं बार बार अपने अफसर किया भी साढ़े कोट मंगल सिंह जो बरसात आती है गंदा पानी पीता, लोगों पीने वाले गंदा पानी मिलता तो कोई हल करो, वह हलो हथ खड़े कर दिया जी, सू पता ही नहीं लगता भी पानी आ कितों रहा, ਜਦੋਂ ਸੀਵਰੇਜ ਭਰਦੇ ਨੇ ਕਿਸੇ ਕਨੈਕਸ਼ਨ ਟੁੱਟਾ ਜਾਂ ਕੀ ਜਾ ਰਿਹਾ, ਦਿਖ ਰਿਹਾ ਅੰਦਰ ਪਾਣੀ ਅੰਦਰ ਜਾ ਰਿਹਾ, ਇਧਰ ਨਹੀਂ ਆ ਰਿਹਾ, ਆਪਣਾ ਬੋਰ ਦਾ ਪਰਲੇ ਪਾਸੇ ਆ। ਚੀਮਾ ਸਾਹਿਬ ਚੀਮਾ ਸਾਹਿਬ ਲੋਕਾਂ ਦੇ ਇਹ ਕਹਿਣਾ ਵੀ ਕਹਿੰਦਾ ਜਾਦੇ ਅਸੀਂ ਕਹਿੰਦਾ ਇੱਥੇ ਲੁਧਿਆਣੇ 'ਚ ਕਹਿੰਦਾ ਆਪਾਂ ਕੋਟ ਮੰਗ 'ਚ ਰਹਿ ਰਹੇ ਹਾਂ 35-40 ਸਾਲ ਤੋਂ, ਉਹੀ ਹਾਲ ਅੱਜ ਤੱਕ ਰਿਹਾ, ਇੱਥੇ ਚਾਹੇ ਐਮ ਐਲ ਏ ਸਾਡੇ ਨਾਲ ਦੇ ਸੀਗੇ, ਤੁਸੀਂ ਕੌਂਸਲ 10 ਸਾਲ ਰਹੇ ਹਾਂ, ਪਾਣੀ ਦਾ ਇੱਥੇ ਕੋਈ ਨਿਕਾਸੀ ਨਹੀਂ ਨਿਕਲੀ ਹੋਇਆ ਇੱਥੇ ਤੱਕ, ਪਾਣੀ ਤਾਂ ਜਦੋਂ ਪਤਾ ਹੀ ਹੈ 4-5 ਸਾਲ ਦਾ ਰੋਡ ਬਣ ਜਾਂਦੀ ਹੈ, ਕੋਈ ਰੋਡ ਨੂੰ ਪੱਟ ਕੇ ਵਡਾਉਂਦੇ ਨਹੀਂ, ਔਖੀਆਂ ਹੋ ਜਾਂਦੀਆਂ, ਪਾਣੀ ਦਾ ਨਿਕਾਸਾ ਕੋਈ ਨਹੀਂ ਬਣਦਾ ਪਿਆ, ਅਸੀਂ ਦੇਖ ਰਹੇ ਹਾਂ ਕਿੰਨੇ ਚਿਰ ਤੋਂ, ਤੁਸੀਂ ਕਹਿ ਕੇ ਵੀ ਬਣਵਾ ਸਕਦੇ ਜਿਹਨੇ ਵਿੱਚ ਪੱਟੋਗੇ, ਕੋਈ ਨਹੀਂ ਜੀ ਬਣ ਗਿਆ ਸੜਕਾਂ ਬਣਾਉਂਦੇ ਨਹੀਂ, ਜਿਹੜਾ ਨੂੰ ਕਹਿੰਦੇ ਪੱਟ ਕੇ ਮਿੱਟੀ ਲੈ ਜਾਓ ਫਿਰ ਉਸੇ ਲੈਵਲ ਤੇ ਬਣਾਓ, ਉਹ ਕਰਦੇ ਹੀ ਨਹੀਂ। ਜਿਹੜਾ ਸੀਵਰੇਜ ਪੁਰਾਣੇ ਸੀਵਰੇ ਪਹਿਲੇ 35-40 ਸਾਲ ਪਹਿਲੇ ਪਹਿਲੇ ਦੁਬਾਰਾ ਉਹਦਾ ਸੀਵਰੇਜ ਉੱਪਰ ਹੋ ਕੇ ਵੀ ਬਣ ਸਕਦੇ, ਇਹਨਾਂ ਨੂੰ ਚਾਹੀਦਾ ਸੀਵਰੇਜ ਪਾਉਣਾ, ਪਰ ਇਹਨਾਂ ਦਾ ਇੱਕ ਅਸੂਲ ਆ ਵੀ ਸੀਵਰੇਜ ਉੱਪਰ ਸੀਵਰੇਜ ਨਹੀਂ ਪਾਉਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਵਿੰਦਰ ਸਿੰਘ ਸੈਣੀ। ਅੱਜ ਆਹ ਇੱਥੇ ਜੋ ਟੂਬਲ ਦੇ ਉੱਤੇ ਆਹ ਸ਼ੈੱਡ ਡਿੱਗਿਆ ਇਹ ਦੇਖਣ ਲਈ ਆਏ ਹਾਂ। ਜਦੋਂ ਸਵੇਰੇ ਪਤਾ ਲੱਗਿਆ ਕਿ ਸ਼ੈੱਡ ਡਿੱਗਿਆ ਅਤੇ ਦੇਖਣ ਲਈ ਪਹੁੰਚਿਆ ਸਾਡੇ ਨਾਲ ਪੱਪੀ ਭਾਜੀ ਅਤੇ ਪੂਰੇ ਹੋਰ ਪਤਵੰਤੇ ਸੱਜਣ ਨੇ ਅਤੇ ਆ ਕੇ ਪਹਿਲਾਂ ਸਭ ਤੋਂ ਪਹਿਲਾਂ ਰੱਬ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਵੀ ਅੱਜ ਕੋਈ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ। ਆਹ ਜੇਕਰ ਥੱਲੇ ਇਹਦੇ ਕਨਵੇਂਸ ਵਗੈਰਾ ਨਾ ਖੜ੍ਹੇ ਹੁੰਦੇ ਮੇਰੇ ਹਿਸਾਬ ਨਾਲ ਬਹੁਤ ਵੱਡੀ ਦੁਰਘਟਨਾ ਵਾਪਰ ਸਕਦੀ ਸੀ। ਪਰ ਰੱਬ ਦਾ ਬਹੁਤ ਬਹੁਤ ਸ਼ੁਕਰ ਆ ਕਿ ਥੋੜੀਆਂ ਬਹੁਤੀਆਂ ਸੱਟਾਂ ਤੋਂ ਇਲਾਵਾ ਮੇਜਰ ਨੁਕਸਾਨ ਨਹੀਂ ਹੋਇਆ। ਪਰ ਇਹ ਬਹੁਤ ਵੱਡੀ ਤ੍ਰਾਸਦੀ ਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਟੂਬਲ ਬਣਿਆ ਕਿ ਜਿਹੜੇ ਵੀ ਬੰਦੇ ਨੇ ਇਹਦੀ ਉਸਾਰੀ ਕਰਾਈ ਆ ਜਾਂ ਆਪਣੀ ਨਿਗਰਾਨੀ ਹੇਠ ਕਰਾਇਆ ਉਹਨੇ ਸੁਰੱਖਿਆ ਵੱਲੋਂ ਕੋਈ ਵੀ ਧਿਆਨ ਨਹੀਂ ਰੱਖਿਆ। ਕਿਉਂਕਿ ਜਿਹੜੇ ਸਾਡੇ ਸਫਾਈ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਸਾਡੇ ਪੂਰੇ ਇਲਾਕੇ ਦਾ ਸਾਡੇ ਪੂਰੇ ਵਾਰਡ ਦਾ ਸਫਾਈ ਦਾ ਜ਼ੁੰਮਾ ਹੁੰਦਾ। ਕਿਉਂਕਿ ਜੇਕਰ ਅਸੀਂ ਉਹਨਾਂ ਦੀ ਵੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਆਮ ਲੋਕਾਂ ਦੀ ਤਾਂ ਕੀ ਕਰਨੀ ਆ। ਅਤੇ ਬਾਕੀ ਹੁਣ ਇਹ ਹਾਦਸਾ ਹੋਏ ਨੂੰ ਵੀ ਮੇਰੇ ਹਿਸਾਬ ਨਾਲ ਵਾਹਵਾ ਸਮਾਂ ਹੋ ਗਿਆ। ਸਾਰੇ ਗਰੁੱਪਾਂ ਦੇ ਵਿੱਚ ਫੋਟੋਆਂ ਹੀ ਪੈ ਗਈਆਂ। ਹਜੇ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਕੋਈ ਵੀ ਨੁਮਾਇੰਦਾ ਕਿਉਂਕਿ ਉੱਦਾਂ ਤਾਂ ਬੜਾ ਸਮਝ ਲਓ ਵੀ ਹੁੰਮ ਹੁਮਾ ਕੇ ਅੱਗੇ ਪਹੁੰਚ ਜਾਂਦੇ ਨੇ। ਜਦੋਂ ਕੋਈ ਇੱਦਾਂ ਹੀ ਦੁਰਘਟਨਾ ਹੁੰਦੀ ਆ ਉਹਦੀ ਸਾਰ ਲੈਣ ਲਈ ਕੋਈ ਵੀ ਹਜੇ ਤੱਕ ਨਹੀਂ ਪਹੁੰਚਿਆ ਵੀ ਆਪਣੇ ਜਿਹੜੇ ਕਿਉਂਕਿ ਮੁਲਾਜ਼ਮ ਨੇ ਇਹ ਸਰਕਾਰੀ ਮੁਲਾਜ਼ਮ ਨੇ ਆਪਣੇ ਮੁਲਾਜ਼ਮਾਂ ਦੀ ਜਿਹੜਾ ਆਪਣੇ ਵਰਕਰਾਂ ਦੀ ਸਾਰ ਲੈਣ ਲਈ ਨਹੀਂ ਪਹੁੰਚ ਸਕਦਾ ਉਹਨੇ ਆਮ ਲੋਕਾਂ ਦੀ ਤਾਂ ਕੀ ਲੈਣੀ ਆ। ਇਸ ਲਈ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿੰਦਾ ਵੀ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਬਿਲਡਿੰਗਾਂ ਪੁਰਾਣੀਆਂ ਬਣੀਆਂ ਹੋਈਆਂ ਨੇ ਜਾਂ ਟੂਬਲਾਂ ਦੇ ਉੱਤੇ ਇੱਦਾਂ ਹੀ ਸ਼ੈੱਡ ਪਏ ਹੋਏ ਆ ਉਹਨਾਂ ਦਾ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਨਿਰੀਖਣ ਕਰਕੇ ਵੀ ਅੱਜ ਨੁਕਸਾਨ ਹੋਣ ਨੂੰ ਬਚ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਨੁਕਸਾਨ ਨਾ ਵਾਪਰੇ। ਸਾਰਿਆਂ ਦਾ ਜੋ ਮਹਿਕਮੇ ਦੀਆਂ ਡਿਊਟੀਆਂ ਬਣਦੀਆਂ ਨੇ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਉਹਨਾਂ ਦਾ ਨਿਰੀਖਣ ਕਰਨ ਅਤੇ ਜਿਨ੍ਹਾਂ ਦੇ ਵਿੱਚ ਜੋ ਤਰਸਯੋਗ ਹਾਲਤ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਸੁਧਾਰ ਕੀਤਾ ਜਾਵੇ। ਅਤੇ ਜਿਹੜੇ ਆਹ ਵਹੀਕਲ ਵਗੈਰਾ ਦੇਖੋ ਕਿ ਇਹਨਾਂ ਇਹ ਵਹੀਕਲ ਦਾ ਨੁਕਸਾਨ ਜ਼ਰੂਰ ਹੋ ਗਿਆ, ਇਹਨਾਂ ਨੇ ਆਪਣਾ ਨੁਕਸਾਨ ਕਰਕੇ ਇੱਕ ਇਨਸਾਨਾਂ ਦਾ ਨੁਕਸਾਨ ਹੋਣ ਨੂੰ ਬਚਾ ਤਾ। ਜੇ ਤੁਸੀਂ ਦੇਖੋ ਆ ਸਾਰੇ ਜੇ ਵਹੀਕਲ ਵਗੈਰਾ ਨਾ ਥੱਲੇ ਖੜ੍ਹੇ ਹੁੰਦੇ ਅਤੇ ਅੱਜ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ। ਅਤੇ ਇਹਨਾਂ ਦੇ ਜਿਹੜਾ ਮੁਆਵਜ਼ੇ ਦੀ ਗੱਲ ਕਰਦੇ ਪਏ ਨੇ ਇਹ ਵੀ ਉਹਨੂੰ ਦੇਣਾ ਚਾਹੀਦਾ ਆ ਸਰਕਾਰ, ਇਹ ਮੁਆਵਜ਼ਾ ਮਿਲਣਾ ਚਾਹੀਦਾ ਜੀ। ਕਿਉਂਕਿ ਵਹੀਕਲਾਂ ਦਾ ਮੁਆਵਜ਼ਾ ਦੇਣਾ ਸੌਖਾ, ਜੇਕਰ ਵਹੀਕਲਾਂ ਦੀ ਜਗ੍ਹਾ ਇਹਨਾਂ ਦੇ ਥੱਲੇ ਬੰਦੇ ਹੁੰਦੇ ਤਾਂ ਮੈਂ ਸਮਝਦਾ ਉਹਨਾਂ ਦਾ ਤਾਂ ਮੁਆਵਜ਼ਾ ਦੇ ਹੀ ਨਹੀਂ ਸੀ ਸਕਦੀ ਸਰਕਾਰ। ਇਸ ਲਈ ਇਹ ਵਹੀਕਲਾਂ ਦਾ ਤਾਂ ਦੇਣਾ ਬਣਦਾ ਆ ਕਿਉਂਕਿ ਇਹਨਾਂ ਦੀਆਂ ਵਿਚਾਰਿਆਂ ਦੀਆਂ ਉਨੀਆਂ ਕੁ ਤਨਖਾਹਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਹੀ ਆਪਣਾ ਸਾਰਾ ਗੁਜ਼ਾਰਾ ਕਰਦੇ ਨੇ। ਠੀਕ ਹੈ, ਅਤੇ ਆਹ ਮੁਲਾਜ਼ਮ ਕਹਿ ਰਹੇ ਨੇ 9-9 ਮਹੀਨਿਆਂ ਤੋਂ ਤਨਖਾਹਾਂ ਤੱਕ ਨਹੀਂ ਮਿਲੀਆਂ ਅਤੇ ਉੱਦਾਂ ਵੱਡੇ ਵੱਡੇ ਵਾਅਦੇ ਕਰਦੀ ਆ ਸਰਕਾਰ ਕਿ ਅਸੀਂ ਆਹ ਬਦਲਾਅ ਕਰਤਾ ਉਹ ਬਦਲਾਅ ਕਰਤਾ। ਮੈਂ ਕਹਿੰਦਾ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੱਡੇ ਬਦਲਾਵਾਂ ਨਾਲੋਂ ਪਹਿਲਾਂ ਜ਼ਮੀਨੀ ਲੈਵਲ ਤੋਂ ਸ਼ੁਰੂ ਕਰੋ ਤਾਂ ਕਿ ਜ਼ਮੀਨ ਲੈਵਲ ਤੋਂ ਜਿਹੜੇ ਲੋਕਾਂ ਦੇ ਕਾਰਜ ਕੰਮਕਾਰ ਚੱਲ ਸਕਣ ਅਤੇ ਆਮ ਲੋਕਾਂ ਦੀ ਜੀਵਨ ਜਿਹੜੀ ਆ ਸੁਖਦਾਈ ਹੋ ਸਕੇ ਪਹਿਲਾਂ ਉੱਥੋਂ ਸ਼ੁਰੂਆਤ ਕਰੋ। ਬਾਅਦ 'ਚ ਉੱਪਰਲੇ ਮਗਰਮੱਛ ਜਿਹੜੇ ਫੜਨੇ ਉਹ ਤੁਸੀਂ ਫੜੀ ਜਾਇਓ, ਜਿਨ੍ਹਾਂ ਦੀ ਤੁਸੀਂ ਵੱਡੀਆਂ ਵੱਡੀਆਂ ਇਨਕੁਆਇਰੀਆਂ ਕਰਨੀਆਂ ਉਹ ਕਰੀ ਜਾਇਓ। ਉਹ ਬਾਅਦ ਦਾ ਚੈਪਟਰ ਆ, ਪਹਿਲਾਂ ਲੋਕਾਂ ਨੇ ਜਦੋਂ ਤੁਹਾਨੂੰ ਜਿਤਾ ਕੇ ਪਾਵਰ ਦਿੱਤੀ ਆ ਉਹਨਾਂ ਦਾ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਖਿਆਲ ਰੱਖੋ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਚਕਾ ਇੱਕ ਵਾਰ ਫਿਰ ਮੈਂ ਸਰਕਾਰ ਨੂੰ ਕਹਿੰਦਾ ਕਿ ਜਿੰਨੀਆਂ ਵੀ ਬਿਲਡਿੰਗਾਂ ਉਹਨਾਂ ਦਾ ਧਿਆਨ ਰੱਖੋ।